ਬੇਲੀਓ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰੋਣਚਾਰ ਮੀਆਂ ਆਸਫ ਅਲੀ ਤੇ ਇਸ ਟਾਈਮ ਮੈਂ ਮੌਜੂਦ ਹਾਂ ਗੁਰਦੁਆਰਾ ਦਰਬਾਰ ਸਾਹਿਬ ਦੇ ਵਿੱਚ ਤੇ ਮੇਰੇ ਨਾਲ ਇਸ ਟਾਈਮ ਮੌਜੂਦ ਆ ਤੁਸੀਂ ਬਲਕਿ ਦੇਖ ਹੀ ਰਹੇ ਹੋ ਇੱਕ ਖਾਨਦਾਨ ਆ ਇੱਕ ਫੈਮਿਲੀ ਆ ਜਿਹੜੀ ਪੂਰੀ ਇੰਡੀਆ ਤੋਂ ਆਈ ਹੋਈ ਆ ਚੜ੍ਹਦੇ ਪੰਜਾਬ ਤੋਂ ਤੇ ਨਾਲ ਬੀਬੀ ਜੀ ਆ ਬੀਬੀ ਜੀ ਵਾਹਵਾ ਉਦੋਂ ਤੇ ਉਮਰ ਲੱਗਦਾ ਹੋ ਗਈ ਆ ਬੀਬੀ ਜੀ ਦੀ ਵੀਲਚੇਅਰ ਤੇ ਉਹਨਾਂ ਨੂੰ ਆਉਣਾ ਪਿਆ ਪਰ ਉਹਨਾਂ ਨੇ ਕਿਹਾ ਕਿ ਮੈਂ ਜਾਣਾ ਜ਼ਰੂਰੀ ਆ ਬੀਬੀ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਫਸਟ ਕਲਾਸ ਕੀ ਨਾਮ ਤੁਹਾਡਾ ਗੁਰਦਰਸ਼ਨ ਕੌਰ ਵਾਹ ਜੀ ਮਾਸ਼ਾਅੱਲਾ ਗੁਰਦਰਸ਼ਨ ਕੌਰ ਚਲੋ ਅੱਜ ਦਰਸ਼ਨ ਵੀ ਤੁਹਾਨੂੰ ਨਸੀਬ ਹੋ ਗਏ ਨਾਚ ਵੀ ਤੁਹਾਡੇ ਹੈਗਾ ਗੁਰੂ ਦੇ ਦਰਸ਼ਨ ਵੀ ਅੱਜ ਆ ਕੇ ਦਰਬਾਰ ਸਾਹਿਬ ਵੀ ਹੋ ਗਏ ਸ਼ੁਕਰ ਹੈ ਵਾਹਿਗੁਰੂ ਦਾ ਤੇ ਪਹਿਲੀ ਵਾਰੀ ਆਏ ਹੋ ਹਾਂਜੀ ਤਾਂ ਮਤਲਬ ਕਿ ਕਿੰਨੀ ਉਮਰ ਹੋ ਗਈ ਤੁਹਾਡੀ 78 ਪਹਿਲੀ ਵਾਰੀ ਇੱਥੇ ਆਉਣਾ ਤੇ ਕਦੋਂ ਦੇ ਸੋਚਦੇ ਸੀ ਕਿ ਕਰੀ ਮੈਂ ਇੱਥੇ ਜਾਊਂਗੀ ਸੋਚਿਆ ਨਹੀਂ ਕਿਧਰੇ ਸੋਚੋ ਕਿੱਥੋਂ ਖੁੱਲ ਗਿਆ ਰਸਤਾ ਤੇ ਆ ਗਏ ਪਹਿਲਾਂ ਕੀ ਪਤਾ ਸੀਗਾ ਹੋਰ ਕਿਹੋ ਲੱਗਿਆ ਇੱਥੇ ਆ ਕੇ ਬਹੁਤ ਵਧੀਆ ਬਹੁਤ ਵਧੀਆ ਤੇ ਤੁਸੀਂ ਉੱਥੋਂ ਵੀਲਚੇਅਰ ਤੇ ਆਏ ਹਾਂਜੀ ਵੀਲਚੇਅਰ ਤੇ ਆਏ ਹਾਂਜੀ ਅੱਛਾ ਉਹ ਫਿਰ ਉੱਥੇ ਛੱਡ ਕੇ ਤੇ ਚਲਾ ਗਿਆ ਪਤਾ ਨਹੀਂ ਕਿੱਧਰ ਗਿਆ ਅੱਛਾ ਫਿਰ ਅਸੀਂ ਆਪ ਲੈ ਲਏ ਤੇ ਜਦੋਂ ਵੰਡ ਹੋਈ ਸੀ ਪੰਜਾਬ ਦੀ ਉਦੋਂ ਕਿੱਡੇ ਸੀ ਤੁਸੀਂ ਯਾਦ ਆ 5 ਸਾਲ ਦੇ ਚੇਤਾ ਉਦੋਂ ਦਾ ਉੱਥੇ ਸੀ ਉਦੋਂ ਲੁਧਿਆਣੇ ਸੀ ਨਹੀਂ ਉਦੋਂ ਅੰਮ੍ਰਿਤਸਰ ਸੀ ਅੱਛਾ ਬਚਪਨ ਅੰਮ੍ਰਿਤਸਰ ਦਾ ਅੱਛਾ ਤੇ ਉਦੋਂ ਯਾਦ ਆ ਕੁਛ ਅੱਗਾ ਉੱਗਾ ਲੱਗੀਆਂ ਵੇਖੀਆਂ ਬਸ ਅੱਛਾ ਭੱਜ ਨਸ ਦੇਖੀ ਅੱਛਾ ਅਸੀਂ ਆਪਣੇ ਘਰ ਛੱਡ ਕੇ ਦਰਬਾਰ ਸਾਹਿਬ ਚਲੇ ਗਏ ਸੀ ਤਰਨਕ ਯਾਦ ਬਾਦਲ ਜੀ ਆਏ ਤੁਸੀਂ ਇੱਥੇ ਜੀ ਆਏ ਉਹਨੂੰ ਦੇਖੋ ਜ਼ਰਾ ਬਸ ਗੁਰੂ ਨੇ ਬੁਲਾਇਆ ਜੀ ਗੁਰੂ ਨੇ ਸੱਦਾ ਦਿੱਤਾ ਵੀ ਜਾਓ ਮੇਲੇ ਕਰਕੇ ਆਓ ਤੇ ਆ ਗਏ ਜੀ ਓਦਾਂ ਬੰਦਾ ਕੀ ਕਰ ਸਕਦਾ ਬੰਦਾ ਕੁਛ ਨਹੀਂ ਕਰ ਸਕਦਾ ਇਹ ਤਾਂ ਗੁਰੂ ਦੀ ਆਵਾਜ਼ ਆਈ ਤਾਂ ਹੀ ਆਏ ਆ ਜੀ ਕਿਉਂਕਿ ਮਾਂ ਜੀ ਨੂੰ ਨਾਲ ਲੈ ਕੇ ਉੱਥੋਂ ਤੁਸੀਂ ਇੰਨੀ ਦੂਰ ਇੱਥੇ ਆਉਣਾ ਇੱਕ ਇਹ ਵੀ ਬੜੀ ਹਿੰਮਤ ਦੀ ਗੱਲ ਗੁਰੂ ਨੇ ਕਿਰਪਾ ਦਿੱਤੀ ਜੀ ਗੁਰੂ ਨੇ ਗੁਰੂ ਦੀ ਕਿਰਪਾ ਸਾਰੀ ਇਹ ਗੁਰੂ ਦਾ ਆਸ਼ੀਰਵਾਦ ਆ ਜੀ ਬਾਬੇ ਨਾਨਕ ਦਾ ਆਸ਼ੀਰਵਾਦ ਆ ਅਤੇ ਅਸੀਂ ਬੰਦਾ ਕੀ ਹੈ ਕੁਛ ਵੀ ਨਹੀਂ ਹੈ ਆਪਾਂ ਕੁਛ ਨਹੀਂ ਕਰ ਸਕਦੇ ਅਤੇ ਨਾਲ ਭਰਜਾਈ ਵੀ ਹੈ ਸਾਡੀ ਤੁਹਾਨੂੰ ਤੁਹਾਡਾ ਕੀ ਨਾਂ ਜੀ ਨਾਮ ਸਵਿੰਦਰ ਕੌਰ ਹੈ ਜੀ ਬਹੁਤ ਅੱਛਾ ਲੱਗਿਆ ਆਪਣੀ ਜ਼ਿੰਦਗੀ 'ਚ ਕਦੀ ਸੋਚਿਆ ਨਹੀਂ ਸੀ ਕਿ ਅਸੀਂ ਇਸ ਜਨਮ ਦੇ ਵਿੱਚ ਬਾਬੇ ਨਾਨਕ ਦੀ ਚਰਨ ਛੂ ਪ੍ਰਾਪਤ ਜਿੱਥੇ ਉਹਨਾਂ ਦਾ ਉਹਨਾਂ ਨੇ ਆਪਣੇ ਕਿੰਨੇ ਸਾਲ ਕੱਟੇ ਉਹਨਾਂ ਦੇ ਫੁੱਲਾਂ ਦਾ ਸੰਸਕਾਰ ਕੀਤਾ ਗਿਆ ਸਭ ਕੁਛ ਅਸੀਂ ਕਦੀ ਇਸ ਜਨਮ 'ਚ ਅਸੀਂ ਦਰਸ਼ਨ ਕਰਾਂਗੇ ਅਸੀਂ ਕਦੀ ਨਹੀਂ ਸੋਚਿਆ ਸੀ ਅਸੀਂ ਬਹੁਤ ਹੀ ਧੰਨਵਾਦੀ ਹਾਂ ਇਮਰਾਨ ਭਾਅ ਜੀ ਦੇ ਸਿੱਧੂ ਭਾਅ ਜੀ ਦੇ ਜਿਨ੍ਹਾਂ ਨੇ ਸਾਨੂੰ ਇਸ ਜਗ੍ਹਾ ਨਾਲ ਸਾਨੂੰ ਦਰਸ਼ਨ ਕਰਾਏ ਸਾਡੇ ਬਾਬੇ ਨਾਨਕ ਦੀ ਧਰਤੀ 'ਤੇ ਸਾਡੀ ਹਾਜ਼ਰੀ ਲਗਵਾਈ ਅਸੀਂ ਹੱਥ ਜੋੜ ਕੇ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੀ ਅਸੀਂ ਬਹੁਤ ਖੁਸ਼ ਹਾਂ ਹਾਲੇ ਜਾ ਰਹੇ ਹਾਂ ਜੀ ਹੁਣ ਲੰਗਰ ਛੱਕਿਆ ਬਹੁਤ ਵਧੀਆ ਇੰਤਜ਼ਾਮ ਹੈ ਇੱਥੋਂ ਦਾ ਬਹੁਤ ਮਿਲਣਸਾਰ ਲੋਕ ਨੇ ਇੱਥੋਂ ਦੇ ਬਹੁਤ ਪਿਆਰ ਦੇ ਰਹੇ ਨੇ ਅਰੇਂਜਮੈਂਟ ਸਾਰਾ ਕੁਛ ਇਹਨਾਂ ਦਾ ਬਹੁਤ ਹੀ ਵਧੀਆ ਹੈ ਮਤਲਬ ਦਿਲ ਖੁਸ਼ ਹੋ ਗਿਆ ਸਾਡੀਆਂ ਅੱਖਾਂ 'ਚ ਆਂਸੂ ਆ ਗਏ ਇੱਕ ਵਾਰ ਮਤਲਬ ਰੋਮ ਰੋਮ ਖੁਸ਼ ਹੋ ਗਿਆ ਜਾ ਕੇ ਅਸੀਂ ਆਪਣੇ ਆਪ ਨੂੰ ਬਹੁਤ ਨਸੀਬ ਵਾਲਾ ਸਮਝਦੇ ਹਾਂ ਕਿ ਸਾਡੀ ਬਾਬੇ ਨੇ ਇੱਥੇ ਹਾਜ਼ਰੀ ਲਈ ਬੜੀ ਗੱਲ ਹੈ ਜੀ ਕਿ ਇਹ ਇੱਥੇ ਆਏ ਅਤੇ ਆ ਕੇ ਤੇ ਇੱਥੇ ਜੋ ਦਰਸ਼ਨ ਦੀਦਾਰ ਇਹਨਾਂ ਨੇ ਕੀਤੇ ਪਰ ਇੱਕ ਹੋਰ ਗੱਲ ਵੀ ਆ ਮੈਂ ਤਾਂ ਬੜਾ ਉਚਭਾਗੀ ਸਮਝਦਾ ਆਪਣੇ ਇਸ ਭਰਾ ਨੂੰ ਕਿ ਉਹ ਆਪਣੀ ਮਾਂ ਨੂੰ ਲੈ ਕੇ ਬੀਬੀ ਜੀ ਨੂੰ ਲੈ ਕੇ ਇੱਥੇ ਆਇਆ ਔਰ ਜਿੰਨਾ ਖਿਆਈ ਦੇ ਨਾਲ ਲੈ ਕੇ ਆਇਆ ਬੰਦਾ ਦੇਣ ਤਾਂ ਨਹੀਂ ਦੇ ਸਕਦਾ ਆਪਣੇ ਮਾਂ ਪਿਓ ਦਾ ਕਦੀ ਵੀ ਨਹੀਂ ਦੇ ਸਕਦਾ ਭਾਵੇਂ ਜਿੰਨੀ ਵੀ ਸੇਵਾ ਕਰ ਲਵੇ ਪਰ ਬਹਰਹਾਲ ਬੜੀ ਹਿੰਮਤ ਦੇ ਨਾਲ ਅਤੇ ਬੜੇ ਜੋਸ਼ ਦੇ ਨਾਲ ਲੈ ਕੇ ਆਇਆ ਅਤੇ ਇੱਥੇ ਲੈ ਕੇ ਜਾ ਵੀ ਰਹੇ ਆ ਬਹਰਹਾਲ ਇਹਨਾਂ ਦੇ ਲਈ ਇਹ ਇਹਨਾਂ ਦੀ ਵੀ ਖੁਸ਼ਕਿਸਮਤੀ ਆ ਅਤੇ ਸਾਨੂੰ ਸਾਡੀ ਵੀ ਖੁਸ਼ਕਿਸਮਤੀ ਹੈ ਕਿ ਅਸੀਂ ਵੀ ਇਹਨਾਂ ਦੇ ਨਾਲ ਮਿਲੇ ਅਤੇ ਐਸੇ ਸੋਹਣੇ ਜਵਾਨ ਦੇ ਨਾਲ ਸਾਡੀ ਮੁਲਾਕਾਤ ਹੋਈ ਜਿਹਦੇ ਕਰਮ ਵਾਕਈ ਜਿਹਦੇ ਕੰਮ ਬੜੇ ਸ਼ਾਨਦਾਰ ਆ